a South Asian Canadian channel. बड़ा क्रांतिकारी सरोज सम्मान योग मंच इस पंडाल इस स्टेज पे बाहर और सारे पंजाब दा वर्कर सुने सारे गरीब पग दे लड़ने और ऐलान करदे नवजोत सिंह सिद्धू ए नमाना जा वर्कर के अज सारे पंजाब दा कांग्रेस दा वर्कर कांग्रेस दा प्रधान बन गया प्रधान आज कोई फर्क नहीं रह गया लीडर ते वर्कर जदों वड्डी नदी खड़खड़ करदी चढ़चढ़ करदी जाके समुंदर दे विच रलदी है ना ते फिर ओदा कोई अस्तित्व नहीं रहिंदा नवजोत सिंह सिद्धू एक नमाना जिहा वर्कर अज इस विराट वर्करां दे समुंदर दे विच पूरी तरह समा चुकिया ओदा कोई अस्तित्व नहीं इस करके जाखड़ साहब नूं मैं कह रहा मेरी तो शायरी शूरी जी उतों निकलती है जितों कोई सामने कहता वह कहता थोड़ी परख जाखड़ साहब कहते थोड़िया बहुत परखा हुई है मैं किसी को परखना नहीं परखना मत परखने से कोई अपना नहीं रहता किसी भी आईने में देर तक चेहरा नहीं रहता अरे ये बड़े वर्कर बड़े लोगों को मिलने में जरा सा फासला रखना दरिया जहां समंदर में मिला दरिया नहीं रहता नवजोत सिंह सिद्धू धन्यवाद करदा तुहाडा बड़े अरसों तो मैं सुन रहा सिद्धू प्रधान बन गया किसी की टीआरपी बढ़ गई किसी के नाल वर्सेस बन गया किसी के नाल लड़ाई हो गई ये वो ये मसला ही नहीं कोई भी ओदा मसला ही नहीं ओदे तो मैं भुआ भुआ मारे है ओदे तो मैं सुट सुट मारे है कैबिनेटा तो मैं भगा भगा मारिया ने यह मसला ही नहीं यह मसला ही नहीं मसला यह है कि अज पंजाब का किसान दिल्ली दिया बरूहां दे उत्ते बैठा है जिनके मत से बनती हैं सरकारें आज दर बदर सड़कों पे भटक रहे बेचारे ये मसला है ईटीटी टीचर खड़े ने सड़कों दे उत्ते मसला है डॉक्टर खड़े ने नर्सां नूं रहण नूं थां नहीं मसला है कि कंडक्टर ड्राइवर धरनिया दे रहे धरनिया दे बैठे है यह मसला है मसला मेरे गुरु का यह मसला है ते प्रधानगी जाखड़ साहब पतवंत सजणों यह प्रधानगी उन्हां मसलियां नूं हल करन दीआं उम्मीदां दी प्रधानगी है उम्मीदां दी अगर ये मसले हल होंगे तो प्रधानगी पुन स्थली है तीर्थ वर्गी है अगर ये मसले हल नहीं होंगे और मेरे गुरु का इंसाफ नहीं होंगे तो कख नहीं है फिर कख सफा मेरे दसम पिता का बख्शिया यह वर्कर भी उस सफे से बिस्तर लाओ सिद्धू इतने बिस्तर
ਇਸ ਆਫਿਸ ਚ ਬਿਸਤਰ ਲਾਉਂ ਤੇ ਵਿਰੋਧੀਆਂ ਦਾ ਦੱਬਾ ਬਿਸਤਰ ਗੋਲ ਕਰੂੰ ਤੇ ਨਾਰਾ ਗੂੰਜੂ ਹਰ ਵਰਕਰ ਦੇ ਦਿਲੋਂ ਕਿ ਜੀਜਾ ਸਾਲਾ ਰਹਿਣ ਨਹੀਂ ਦੇਣਾ ਕੋਠੇ ਤੇ ਤੋਤਾ ਪੈ ਪੰਜਾਬ ਦਾ ਵਰਕਰ ਜਿਉਂਦਾ ਪੰਜਾਬ ਪੁੱਛਦਾ ਪੰਜਾਬ ਸਵਾਲ ਕਰਦਾ ਮਾਵਾਂ ਦੀਆਂ ਕੁੱਖਾਂ ਉੱਜੜ ਗਈਆਂ ਪੰਜਾਬ ਸਵਾਲ ਕਰਦਾ ਕਿੱਥੇ ਹੋ ਵੱਡੇ ਮਗਰਮੱਛ ਜਿਨ੍ਹਾਂ ਨੇ ਚਿੱਟਾ ਵੇਚ ਵੇਚ ਚਿੱਟਾ ਖਵਾ ਖਵਾ ਮਾਵਾਂ ਬੇਵਾ ਕਰਤੀਆਂ ਉਹਨਾਂ ਦੇ ਨਾਮ ਦੇਣੇ ਪੈਣਗੇ ਦੇਣੇ ਪੈਣ ਉਹਨਾਂ ਨੂੰ ਧੋਣਾ ਪੈਣਾ ਪੰਜਾਬ ਪੁੱਛਦਾ ਪੰਜਾਬ ਸਵਾਲ ਕਰਦਾ ਛੇ ਫੁੱਟ ਚਾਰ ਇੰਚ ਦਾ ਡਰਾਉਣਾ ਟੰਗਣਾ ਪਊ ਟੰਗਣਾ ਪਊ ਜੇ ਨਾ ਟੰਗਿਆ ਕਾਸੇ ਜੋਗੇ ਨੀ ਕਾਸੇ ਜੋਗੇ ਇਹ ਆਸ ਤੇ ਵਿਸ਼ਵਾਸ ਕਿਰਦਾਰਾਂ ਤੇ ਹੈ ਤੇ ਕਿਰਦਾਰ ਕਿਸੇ ਉਹਦੇ ਵੱਲ ਨਹੀਂ ਵੇਖਦਾ ਕਿਰਦਾਰ ਲੋਕਾਂ ਦੇ ਵਿਸ਼ਵਾਸ ਵੱਲ ਦੇਖਦਾ ਲੋਕਾਂ ਦੇ ਵਿਸ਼ਵਾਸ ਦੇ ਵਿੱਚ ਵਰਕਰ ਦੇ ਵਿਸ਼ਵਾਸ ਦੇ ਵਿੱਚ ਪਰਮਾਤਮਾ ਦੀ ਆਵਾਜ਼ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਆਵਾਜ਼ ਹੈ ਕਿਉਂ ਬਿਜਲੀ 18 ਰੁਪਈਏ ਨੂੰ ਖਰੀਦੀ ਜਾਵੇ ਕਿਉਂ ਬਿਜਲੀ ਦੇ ਸਮਝੌਤਿਆਂ ਦਾ ਸੱਚ ਬਾਹਰ ਨਾ ਹੋਵੇ ਕਿਉਂ ਚੋਰਾਂ ਦੀ ਚੋਰੀ ਫੜੀ ਨਾ ਜਾਵੇ ਕਿਉਂ ਕਿਉਂ ਮੇਰਾ ਪਿਓ ਸੁਤੰਤਰਤਾ ਸੈਨਾਨੀ ਸੀ ਮੈਂ ਉਹਦੇ ਖੂਨ ਦਾ ਵਾਰਸ ਹਾਂ ਮਰਦਾ ਮਰ ਜੂ ਨਵਜੋਤ ਸਿੰਘ ਸਿੱਧੂ ਉਸ ਪਿਓ ਨੂੰ ਸਜ਼ਾਏ ਮੌਤ ਸੁਣਾਈ ਸੀ ਗੋਰਿਆਂ ਨੇ ਸਜ਼ਾਏ ਮੌਤ ਕਿਉਂਕਿ ਉਹ ਲਾਲ ਕਿਲਾ ਅਖਬਾਰ ਬਣਦਾ ਸੀ ਰਜਵਾੜਿਆਂ ਦਾ ਘਰ ਛੱਡਿਆ ਉਹਨੇ ਦੋ ਦੋ ਮਹੀਨੇ ਸਾਬਣ ਨਹੀਂ ਵੇਖਿਆ ਉਹਨੇ ਖਾਲਸਾ ਕਾਲੀ ਲਾਹੌਰ ਇੱਕ ਕੁੜਤਾ ਪਜਾਮਾ ਹੈ ਪਾਣੀ ਚੋਂ ਡੁਬੋਇਆ ਸਾਬਣ ਨਹੀਂ ਵੇਖਿਆ ਦੋ ਦੋ ਮਹੀਨੇ ਹੈ ਉਹਦਾ ਵਾਰਸ ਹੈ ਤੇ ਜਦੋਂ ਫਾਹਾ ਲਾਉਣਾ ਸੀ ਤੇ ਚੂੜਾ ਬੰਨ ਕੇ ਚਾਰ ਚਾਰ ਦਿਨ ਖੜੇ ਕਰ ਦਿੰਦੇ ਸੀ ਮੇਰੇ ਪਿਓ ਨੂੰ ਜਦੋਂ ਨੀਂਦ ਆਉਂਦੀ ਤੇ ਵਾਲ ਖਿੱਚੇ ਜਾਂਦੇ ਲੋਹੇ ਖਿੱਚੇ ਜਾਂਦੇ ਅੱਜ ਮੈਂ ਉਹਦਾ ਅਹਿਸਾਸ ਕਰਦਾ ਦਰਦ ਉਹਦੇ ਵਰਗੇ ਕਿੰਨੇ ਹੀ ਅੱਜ ਪੰਜਾਬੀ ਉਸ ਦਰਦ 'ਚ ਡੁੱਬੇ ਆ ਆਜ਼ਾਦੀ ਦੇਣੀ ਹੈ ਉਹਨਾਂ ਨੂੰ ਸੁਤੰਤਰ ਕਰਨਾ ਉਹਨਾਂ ਨੂੰ ਉਹਨਾਂ ਦੇ ਹੱਕਾਂ ਦੀ ਹੱਕ ਸੱਚ ਦੀ ਲੜਾਈ ਲੜਨੀ ਹੈ ਨਵਜੋਤ ਸਿੰਘ ਸਿੱਧੂ ਨੇ ਇਹ ਆਪਦੇ ਪਿਓ ਤੋਂ ਪ੍ਰੇਰਣਾ ਲਈ ਗੂੰਹ ਦੇ ਪੋਤੜੇ ਮੂੰਹ ਦੇ ਪਾਉਂਦੇ ਸੀ ਉਹਦੇ ਬਰਫ਼ ਦੀਆਂ ਸਿੱਲੀਆਂ 'ਤੇ ਲਟਾਉਂਦੇ ਸੀ ਨਹੁੰ ਪੱਟਦੇ ਸੀ ਉਸੇ ਦੀ ਪ੍ਰੇਰਣਾ ਹੈ ਤੇ ਜਦੋਂ ਚਾਰ ਦਿਨ ਫਾਹਾ ਲਾਉਣ ਨੂੰ ਰਹਿ ਗਏ ਟੂ ਬੀ ਸੈਂਟੈਂਸਡ ਬਾਈ ਦ ਫਾਇਰਿੰਗ ਸਕੁਆਡ ਤੇ ਉਦੋਂ ਰਾਣੀ ਦਾ ਜਨਮ ਦਿਨ ਸੀ ਕਿੰਗਸ ਐਮਨਿਸਟੀ ਹੋਈ ਤੇ ਮੇਰੇ ਪਿਓ ਨੂੰ ਪਰਚੀ ਪਾ ਕੇ ਸਜ਼ਾਏ ਮੌਤ ਚੋਂ ਰਿਹਾ ਕੀਤਾ ਗਿਆ ਸੀ ਗੁਰਚਰਨ ਸਿੰਘ ਚੌੜਾ ਸਾਹਿਬ ਨੂੰ ਆਉਂਦੇ ਹੀ MLA ਬਣਿਆ ਭਾਦਸੋਂ ਤੋਂ MLC ਬਣਿਆ ਹਰਾ ਕੇ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋਇਆ ਤੇ ਉਹਦਾ ਦੋਸਤ ਸੀ ਸੁਣ ਲਓ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਉਹਦਾ ਦੋਸਤ ਸੀ ਨੰਦ ਕੁਮਾਰ ਉਹ ਕਹਿੰਦਾ ਭਗਵੰਤ ਸਿਆਂ ਇਹ ਕਿਹੜੀ ਦੇਸ਼ ਭਗਤੀ ਚ ਪੈ ਗਿਆ ਚਾਰ ਕਾਰਖਾਨੇ ਲਾ ਪੈਸੇ ਕਮਾ ਤੇ ਅੱਜ ਵੀ ਚਿੱਠੀ ਮੇਰੇ ਕੋਲ ਹੈ ਲਿਖ ਕੇ ਭੇਜਦਾ ਮੇਰਾ ਪਿਓ ਨੰਦ ਕੁਮਾਰ ਜੀ ਨੂੰ ਗੋਬਿੰਦਗੜ੍ਹ ਯਾਦ ਰੱਖਿਓ ਜੇ ਗੋਬਿੰਦਗੜ੍ਹ ਕੋਈ ਹੈ ਗੋਬਿੰਦਗੜ੍ਹ ਤੋਂ ਉੱਥੇ ਦੇ ਨੇ ਉਹ ਨੰਦ ਕੁਮਾਰ ਜੀ ਨੂੰ ਭੇਜਿਆ ਪੱਤਰ ਕਹਿੰਦਾ ਗੱਲ ਤੇ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲ ਹੀ ਛਾਵਾਂ ਹੁੰਦੀਆਂ ਸਮਾਂ ਸਭ ਨੂੰ ਢਾ ਦਿੰਦਾ ਕਿੰਨੇ ਧਨੀ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਟੀ ਲਾ ਲੈਂਦਾ ਜੇ ਬਾਬਾ ਨਾਨਕ ਹੱਟੀ ਲਾ ਲੈਂਦਾ
सीएम साहब मसले ने जी मसले मसले हल करने हैं ता असी गुरु दे सिख हां ते मैं अज पंजाब दी किसानी नूं कहना चाहुंदा ओ प्रधानगी दा सब तो वड्डा मिशन यही है कि सरकार दी ताकत उहनां दे काम आवे जीवन बदले उहनां दी जिंदगी सवारे वी शुड मेक अ डिफरेंस वी हैव टू मेक अ डिफरेंस मैं उहनां किसानां नूं कहना कि पवित्र संघर्ष उहनां दा पवित्र यह पहली बार होया हिंदुस्तान दे विच दैट द स्पिरिट ऑफ द कॉन्स्टिट्यूशन हैज बीन ऑनर्ड अंबेडकर साहब की दित्ती हुई वो स्पिरिट की स्पिरिट फ्रटर्निटी फ्रटर्निटी का मतलब कि असी वख वख जातां दे आ साडियां भाषावां अलग ने असी अलग अलग सूबियां च रहिंदे आ लेकिन इस देश ने एक धागे दे विच सब नूं फरो के एक यूनिटी दित्ती है यूनिटी तो जेल की भी होंगी परिवार की यूनिटी दित्ती है परिवार की किसान मोर्चे ने की एक किसान मोर्चे ने की इस करके ये तो बचिए ना मैं आज किसान मोर्चे वाले मेरे बुजुर्गों यह कहना कि प्यासा खूह को आता है प्यासा खूह को आता खूह प्यासे को नहीं आता मैं थोनू अज सदा देना मैं थोनू मिलना चाहना मिलो दसो कि सेध किवें मिलूगी मैं जानता कि तीन काले कानून तुसी नहीं लागू करते हो लगड़े हो गए मैं जानता तुसी सरकारां भी सिट लांगे मैं जानता तुसी तां तक गोडा भी दे जाओगे लेकिन हल की नहीं आओ विचारा करिए साडी सरकार की ताकत किस तरह काम आ सकती है लोगों के टैक्सों की ताकत ओ वीरो तू सोच दो 3 लाख करोड़ रुपए का कर्जा यह सरकार टेक दे ना यह थोड़े सिर से है कौन वापस करता है इनू कितने ना सोचियो भी एक कर्जा सरकार वापस कर दिया तुसी वापस कर दे टुथ पे ते टैक्स देने चाबी पत्ती ते टैक्स देने हो दुख ते टैक्स देने हो हैं तो फिर रेंज बिजली में थोड़े ही बंदे हैं ਇਹ ਮਸਲੇ ਤੁਹਾਡੇ ਤੋਂ ਅੱਧ ਨਹੀਂ ਵੇਖੋ ਕਿਹੜੇ ਵਿਰੋਧੀ ਕਹਿੰਦੇ ਸੀ ਅੱਜ ਕਾਂਗਰਸ ਇੱਕ ਮੁੱਠ ਹੈ ਇੱਕ ਜੁੱਟ ਹੈ ਇੱਕ ਮੁੱਠ ਹੈ ਇੱਕ ਜੁੱਟ ਹੈ ਤੇ ਸਮੁੰਦਰ ਹੈ ਕਾਰਕਰਤਾ ਸਮੁੰਦਰ ਹੈ ਵਰਕਰ ਜਿਸ ਸਾਹਮਣੇ ਅਸਤਿਤਵ ਖੋਣਾ ਹੈ ਜਿਸ ਤਰ੍ਹਾਂ ਅਣੂ ਦੇ ਬਿਨਾਂ ਪਰਮਾਣੂ ਨਹੀਂ ਬਣ ਸਕਦਾ ਅਣੂ ਦੇ ਬਿਨਾਂ ਪਰਮਾਣੂ ਨਹੀਂ ਬਣ ਸਕਦਾ ਵਿਅਕਤੀ ਦੇ ਬਿਨਾਂ ਸਮਾਜ ਨਹੀਂ ਬਣ ਸਕਦਾ उस तरह कोई भी पार्टी कार्यकर्ता और वर्कर के सहयोग के बिना नहीं बन सकती नहीं बन सकती करो कदू करो कदू पत्त बना के सजाऊ जोश करूं एक नवा बदलाव है फिजा च बहता जनता का सैलाब है और सिकंदर बना के खड़ा करूं इस पंजाब दे कांग्रेस दे कार्यकर्ता नूं जरिया बनाऊं हक सच दी लड़ाई दा मसलियां नूं सुलझाउण दा लोकां दा भला करन दा लोकां दी ताकत उहनां नूं वापस मोड़न दा यही मेरा मनसूबा है यही प्रधानगी दी सब तो वड्डी मंशा और यही प्रधानगी दी सब तो वड्डी सक्सैस है सिकंदर सिकंदर तुसीं सारे सिकंदर कह जे भी हालात होण पस देंगे सिकंदर हालात के आगे नहीं झुकता अरे तारा टूट भी जाए जमीन पर नहीं गिरता गिरते हैं हजारों दरिया किसी समंदर में पर कभी कोई समंदर किसी दरिया में नहीं गिरता नहीं मैं सारे का आशीर्वाद लेके सारे नाल लेके चलूंगा मैं शरेआम कहना कि मेरी चमड़ी मोटी है मैं कोई फर्क नहीं पता मैं एको चीज का सिरा है कि पंजाब उत्ते किदा आउंदा पंजाब के लोगों के कल्याण च मैं अपना कल्याण निहित समझदा यही अरदास करदा दरबार साहब दुर्गियाना मंदिर राम तीर्थ वाल्मीकि तीर्थ चलिया बाप यही दुआ की है माता दी जोत दे नाल खो के यही दुआ की है कि पंजाब दे कल्याण दे विच इस छोटे जे वर्कर सिद्धू दा भी कल्याण निहित कर निहित भला निहित कर
ਇਸ ਕਰਕੇ ਮੈਂ ਜ਼ਿਆਦਾ ਨਹੀਂ ਬੋਲਣਾ ਸੀ ਪਰ ਜਿੰਨਾ ਬੋਲਣਾ ਸੀ ਵਿਸਫੋਟਕ ਬੋਲਣਾ ਸੀ ਚੰਦਨ ਦਾ ਟੁਕੜਾ ਬਬੂਲ ਦੇ ਜੰਗਲ ਨਾਲੋਂ ਕਿਤੇ ਵਧੀਆ ਹੁੰਦਾ ਗੱਲਾਂ ਨਹੀਂ ਹੈ ਇਹ ਆਤਮਾ ਦੀ ਆਵਾਜ਼ ਹੈ ਮੈਂ ਤੁਹਾਡੇ ਨਾਲ ਮੋਢਾ ਦਾ ਮੋਢਾ ਲਾ ਕੇ ਖੜੂੰਗਾ ਮੇਰੀ ਕੋਈ ਈਗੋ ਨਹੀਂ ਮੇਰੀ ਮੈਂ ਮੁੱਕੀ ਫਿਰ ਤੂੰ ਹੀ ਤੂੰ ਜਿੱਥੇ ਮੇਰੀ ਮੈਂ ਫਿਰ ਨਹੀਂ ਹੈ ਤੂੰ ਤਾਂ ਹੀ ਉਸ ਪਰਮਾਤਮਾ ਦਾ ਆਸ਼ੀਰਵਾਦ ਹੈ ਮੇਰਾ ਦਿਲ ਕੋਈ ਚਿਹਰੇ ਦਾ ਦਿਲ ਨਹੀਂ ਜਿਹੜਾ ਵਿਰੋਧ ਕਰਦੇ ਆ ਉਹ ਮੈਨੂੰ ਬਿਹਤਰ ਬਣਾਉਣਗੇ ਤੇ ਜਿਹੜੇ ਮੇਰੀ ਹੌਸਲਾ ਅਫਜ਼ਾਈ ਕਰਦੇ ਆ ਆ ਬੈਠੇ ਆ ਭਾਜੀ ਸੁੱਖ ਆ ਬੈਠੇ ਆ ਰਾਵਾ ਸਾਹਿਬ ਆ ਸਾਰੇ ਨਾਂ ਕਿਹਦੇ ਲੈਣੇ ਸਾਰੇ ਰਾਵਤ ਸਾਹਿਬ ਸਾਰੇ ਬੀਬੀ ਜੀ ਇਹਨਾਂ ਤਾਂ ਗੋਦੀ ਖੇਡਿਆ ਮੈਂ ਤੇ ਜਿਹੜੇ ਮੇਰੇ ਸਿਰ ਤੇ ਹੱਥ ਧਰਦੇ ਆ ਆਸ਼ੀਰਵਾਦ ਦਿੰਦੇ ਆ ਉਹ ਮੇਰਾ ਸੁਰੱਖਿਆ ਕਵਚ ਹੈ ਉਹ ਮੈਨੂੰ ਅੱਗੇ ਵਧਾਉਂਦਾ ਹੈ ਇਸ ਕਰਕੇ ਤੁਹਾਡੀ ਤਾਕਤ ਤੋਂ ਬਿਨਾਂ ਅਧੂਰੇ ਅਸੀਂ ਆਤਮਾ ਤੋਂ ਬਿਨਾਂ ਸਰੀਰ ਨਹੀਂ ਹੁੰਦਾ ਵਰਕਰ ਆਤਮਾ ਹੈ ਉਸ ਆਤਮਾ ਦਾ ਸਤਿਕਾਰ ਕਰਾਂਗੇ ਸਤਿਕਾਰ ਉਦੋਂ ਨਹੀਂ ਹੁੰਦਾ ਜਦੋਂ ਸੰਪਰਕ ਟੁੱਟਦਾ ਆਤਮ ਵਿਸ਼ਵਾਸ ਕੀ ਹੈ ਆਤਮ ਵਿਸ਼ਵਾਸ ਹੈ ਆਤਮਾ ਨਾਲ ਸੰਪਰਕ ਜਦੋਂ ਸੰਪਰਕ ਰਹਿੰਦਾ ਤੇ ਵਿਸ਼ਵਾਸ ਰਹਿੰਦਾ ਇਸ ਕਰਕੇ ਇਸ ਕਾਰਜਕਰਤਾ ਨਾਲ ਸੰਪਰਕ ਰੱਖਾਂਗਾ 15 ਅਗਸਤ ਨੂੰ ਭਾਗਾਂ ਇਹ ਦਿਨ ਇਸ ਆਫਿਸ ਦੇ ਵਿੱਚ ਸਿੱਧੂ ਦਾ ਬਿਸਤਰਾ ਲੱਗੇਗਾ ਮੰਤਰੀ ਸਾਹਿਬ ਨੂੰ ਵੀ ਕਹਿਣਾ ਕਿ 3-3 ਘੰਟੇ ਲਾ ਕੇ ਜਾਓ ਇਸ ਸੇਵਾ ਦੇ ਵਿੱਚ ਇਸ ਪੁੰਨ ਦੇ ਵਿੱਚ ਯੋਗਦਾਨ ਪਾ ਕੇ ਜਾਓ ਪਰ ਇਹ ਇਹਨਾਂ ਦੀ ਮਰਜ਼ੀ ਹੈ ਤੈਅ ਕਰਨਗੇ ਵੱਡਿਆਂ ਨੂੰ ਸਨਮਾਨ ਦਊਂਗਾ ਛੋਟਿਆਂ ਨੂੰ ਪਿਆਰ ਦਊਂਗਾ ਨਵਜੋਤ ਸਿੰਘ ਸਿੱਧੂ ਆਪਣੇ ਮੁੱਦਿਆਂ ਤੋਂ ਕਾਂਗਰਸ ਦੇ ਹਾਈਕਮਾਂਡ ਦੇ ਦਿੱਤੇ 18 ਪੁਆਇੰਟ ਏਜੰਡੇ ਤੋਂ ਬਿਲਕੁਲ ਪਿੱਛੇ ਨਹੀਂ ਹਟੇਗਾ ਤੇ ਦਿੱਲੀ ਮਾਡਲ ਦੇ ਪਰਖ ਛੋੜਾ ਦੇਣੇ ਆ ਪੰਜਾਬ ਮਾਡਲ ਨੇ ਯਾਦ ਰੱਖਿਓ ਮਿੱਤਰੋ ਯਾਦ ਰੱਖਿਓ ਪੰਜਾਬੀ ਆ ਪੰਜਾਬ ਜਿੱਤੂ ਪੰਜਾਬੀ ਜਿੱਤੂ ਤੇ ਮੇਰੇ ਵੱਡੇ ਸਿਰ ਦੇ ਉੱਤੇ ਹੱਥ ਰੱਖਣ ਤੇ ਵੱਟ ਕਰ ਦੂੰ ਵੱਟ ਨਿਚੋੜ ਦੂੰ ਨਿਚੋੜ A South Asian Canadian channel.